ਸਿਰਾ ਗੱਲਬਾਤ ਹੈ, ਦਰਖਤ ਦਰੁਖਤ ਲਾ ਕੇ ਪੂਰੀ ਗੱਲਬਾਤ ਐਂਡ ਕੀਤੀ ਪਈ ਹੈ। ਆ ਦੇਖੋ ਜਦੋਂ ਪਾਣੀ ਚੱਲਦਾ ਤਾਂ ਇੱਥੋਂ ਦੀ ਡਿੱਗਦਾ ਝਰਨੇ ਵਾਂਗੂ, ਤਾਂ ਵੱਖਰੇ ਵਿਊ ਬਣਦਾ। ਲਾਈਵ ਸਿਸਟਮ ਤੁਹਾਨੂੰ ਦਿਖਾਉਣਾ, ਇੱਕ ਕੋਠੇ ਦੇ ਉੱਤੇ ਜਿਹੜਾ ਮੋਟਰ ਦੇ ਵਿੱਚ ਹੈ ਨਾ, ਜਦੋਂ ਮੋਟਰ ਚੱਲਦੀ ਹੈ ਤਾਂ ਪਾਣੀ ਪੀਣ ਦਾ ਜਗਾੜ ਦੇਖੋ, ਕਹਿੰਦਾ ਘੈਂਟ ਲਾਇਆ ਇੱਥੇ, ਗੇਟ ਫੜ ਲਾ ਤਾ, ਸਿਸਟਮ ਪੂਰਾ ਘੈਂਟ ਲਾਇਆ ਹੋਇਆ। ਜਿਵੇਂ ਮੋਟਰ ਚੱਲਦੀ ਆ ਤਾਂ ਆਪਾਂ ਪਾਣੀ ਪੀ ਸਕਦੇ ਹਾਂ, ਕੋਈ ਵੀ ਪੀ ਸਕਦਾ, ਜਿੰਨਾ ਚੱਕਰ ਮੋਟਰ ਚੱਲਦੀ ਆ ਉਨਾ ਚੱਕਰ ਪਾਣੀ ਪੀ ਸਕਦੇ, ਨਲਕੇ ਵਾਲਾ ਕੰਮ ਆ, ਗੇਟ ਵਾਲਾ ਪੂਰਾ ਘੈਂਟ ਤਰੀਕੇ ਨਾਲ ਲਾਇਆ ਹੋਇਆ ਨਾ। ਆਪਾਂ ਆਹ ਨਾ ਜਾਲ ਲਾਇਆ, ਤੁਸੀਂ ਦੇਖੋ ਵੀ ਜਿਹੜਾ ਪਹਿਲਾਂ ਆਪਣਾ ਅਚਾਰ ਪਾਇਆ ਹੁੰਦਾ ਸੀ ਉਹਦੇ ਉੱਤੇ ਮਿੱਟੀ ਤੂੜੀ ਜਾਂ ਗਲਿਆ ਹੋਇਆ ਅਚਾਰ ਆਪਾਂ ਉੱਤੇ ਸਿੱਟ ਦਿੰਦੇ ਸੀ, ਤਾਂ ਉਹਦੇ ਨਾਲ ਕੋਈ ਅਚਾਰ ਦੀ ਸੇਫਟੀ ਨਹੀਂ ਰਹਿੰਦੀ। ਹਾਂ ਧੁੱਪ ਤੋਂ ਜ਼ਰੂਰ ਬਚ ਜਾਂਦਾ, ਪਰ ਜਿਹੜੀ ਅਚਾਰ ਦੀ ਸੇਫਟੀ ਆ ਉਹ ਨਹੀਂ ਰਹਿੰਦੀ, ਕਿਉਂਕਿ ਇਹਦੇ ਸਾਡੇ ਇੱਥੇ ਜੰਗਲੀ ਸੂਰ ਆ ਜਾਂਦੇ ਨੇ। ਜੰਗਲੀ ਸੂਰ ਸਾਡਾ ਪਰ ਪਿਛਲੇ ਸਾਲ 3 ਵਾਰੀ ਕਾਗਜ਼ ਪਾੜ ਗਏ, ਤਾਂ ਉਹਦੀ ਸੇਫਟੀ ਖਾਤਰ ਆਪਾਂ ਜਾਲ ਲਿਆਤਾ 4 ਫੁੱਟ ਉੱਚਾ, ਆਲੇ 4 ਸਵੇਰੇ ਆਪਾਂ ਖੰਭੇ 'ਚ ਕੱਢ 'ਤੇ, ਕਿਉਂਕਿ ਖੰਭਾ ਟੁੱਟ ਗਿਆ ਸੀ ਆਪਣਾ ਇੱਕ, ਤਾਂ ਉਹ ਵਿੱਚ ਛੋਟੀਆਂ ਛੋਟੀਆਂ ਆਪਾਂ ਸਪੋਰਟਾਂ ਵੀ ਲਾਈਆਂ ਨੇ ਵੀ ਜਾਲ, ਜਿਹਦੇ ਕਰਕੇ ਝੋਲ ਨਾ ਮਾਰੇ, ਸਿੱਧਾ ਖੜ੍ਹਾ ਰਹੇ। ਜੇ ਤੁਸੀਂ ਦੇਖੋਗੇ ਤਾਂ ਹੁਣ ਬਾਹਲਾ ਹਲਦਾ ਨਹੀਂ ਜਾਲ, ਦੇਖੋ ਝੋਲ ਨਹੀਂ ਮਾਰਦਾ, ਤਾਂ ਇਹ ਆਪਾਂ ਤੁਸੀਂ ਲਾ ਲਓ ਵੀ 7-8 ਫੁੱਟ 'ਤੇ ਇੱਕ ਸਪੋਰਟ ਲਾ ਤੀ, ਜਿਵੇਂ ਉੱਧਰ ਖੰਭਾ ਲੱਗਿਆ ਹੋਇਆ ਇੱਧਰ 9-8 ਫੁੱਟ 'ਤੇ ਸਪੋਰਟ ਲਾ ਤੀ, ਫਿਰ 8 ਫੁੱਟ 'ਤੇ ਸਪੋਰਟ ਆ, ਫਿਰ 8 ਫੁੱਟ 'ਤੇ ਸਪੋਰਟ ਆ, ਬਸ ਉਹ ਆਈਡੀਆ ਜਿਹਾ ਲਾ ਲਿਆ ਵੀ ਜਿਹਦੇ ਨਾਲ ਇਹ ਝੋਲ ਨਾ ਮਾਰੇ। ਚੀਜ਼ ਬਹੁਤ ਵਧੀਆ, ਇਹ ਸਾਰਾ ਹੈਗਾ ਸੀ ਆਪਣਾ ਸਕੇਅਰ ਫੁੱਟਾਂ ਦੇ ਹਿਸਾਬ ਨਾਲ ਮਿਲਿਆ ਇਹ, ਪਰ ਆਪਣੇ ਨਾਲ ਇੱਕ ਧੋਖਾ ਹੋ ਗਿਆ ਵੀ ਜਿਹੜਾ ਜਾਲ ਆ ਇਹ 2 ਪ੍ਰਕਾਰ ਦਾ ਆ ਗਿਆ। ਤਾਂ ਜਿਹੜਾ ਆਪਣਾ ਆਹ ਜਾਲ ਦੇਖ ਰਹੇ ਹੋ ਇਹ 50 ਫੁੱਟ ਦੀ ਲੈਂਥ ਹੁੰਦੀ ਹੈ, 122 ਫੁੱਟ ਆਪਣਾ ਆਲਾ ਦੁਆਲਾ ਘੇਰਾ ਬਣ ਗਿਆ, ਤਾਂ ਇੱਕ ਇਹ ਉੱਥੋਂ ਲੈ ਕੇ ਸਿਰੇ ਤੋਂ ਲੈ ਕੇ ਆਹ ਵਿਚਾਲੜੇ ਡੰਡੇ ਤੱਕ 50 ਫੁੱਟ ਬਣਦਾ, 50 ਫੁੱਟ ਦੀ ਲੈਂਥ ਹੁੰਦੀ ਆ। ਇਹ ਜਾਲ ਤਾਂ ਹੈਗਾ ਪ੍ਰੋਪਰ ਵਧੀਆ, ਯਾਨੀ ਕਿ ਇਹਦੀ ਡੱਬੀ ਛੋਟੀ ਆ ਅਤੇ ਤੁਸੀਂ ਦੇਖ ਸਕਦੇ ਹੋ ਵੀ ਇਹਦੀ ਤਾਰ ਵੀ ਮਜ਼ਬੂਤ ਆ। ਉਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਨੂੰ ਇੱਕ 50 ਫੁੱਟ ਅਤੇ ਇੱਕ 22 ਫੁੱਟ ਦੀ ਲੈਂਥ ਮਿਲੀ ਹੈ, ਤਾਂ ਉਹਦੀ ਡੱਬੀ ਵੀ ਮੋਟੀ ਆ ਅਤੇ ਤਾਰ ਵੀ ਕਮਜ਼ੋਰ ਆ। ਉਹ ਐਂ ਵੀ ਜੇ ਆਪਾਂ ਤੋਲ ਕੇ ਲਿਆਉਂਦੇ ਤਾਂ ਸਹੀ ਹੁੰਦੇ, ਇਹਦੇ ਵਿੱਚ ਲੱਗ ਗਈ ਸਕੀਮ, ਕਿਉਂਕਿ ਉਦੋਂ ਪਤਾ ਨਹੀਂ ਹੁੰਦਾ, ਡੈਡੀ 'ਤੇ ਤਾਂ ਗਏ ਸੀ ਉਹਨਾਂ ਨੇ ਉਹ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਕਾਰਨ ਇਹ ਹੋਇਆ ਵੀ ਇਹ ਇੱਕ ਦੁਕਾਨ 'ਤੇ ਮਿਲਿਆ। ਆਹ ਦੇਖੋ ਇਹਦੀ ਡੱਬੀ ਦੇਖੋ ਕਿੱਡੀ ਵੱਡੀ ਹੈ, ਨਾਲੇ ਉਹਦੀ ਦੇਖੋ ਵੀ ਡੱਬੀ ਕਿੱਡੀ ਵੱਡੀ ਛੋਟੀ ਹੈਗੀ ਅਤੇ ਇਹਦੀ ਡੱਬੀ ਕਿੱਡੀ ਵੱਡੀ ਆ, ਅਤੇ ਤਾਰ ਦਾ ਵੀ ਥੋੜ੍ਹਾ ਜਿਹਾ ਫਰਕ ਹੈਗਾ, ਉਹ ਜ਼ਿਆਦਾ ਚਮਕਦੀ ਹੈ, ਇਹ ਥੋੜ੍ਹੀ ਜਿਹੀ ਮੱਧਮ ਹੈ, ਇਹਦੇ ਵਿੱਚ ਇਹ ਫਰਕ ਜ਼ਰੂਰ ਆ। ਪਰ ਇਹ ਸਕੀਮ ਸਾਡੇ ਲੱਗ ਗਈ, ਐਂ ਵੀ ਜਿਹੜਾ ਭਰਾ ਲੈ ਕੇ ਆਉ ਤਾਂ ਉਹਦੀ ਸਕੀਮ ਨਾ ਹੀ ਲੱਗੇ, ਇਹ ਚੀਜ਼ ਤੋਂ ਵੀ ਅਵੇਅਰ ਹੋਣਾ ਚਾਹੀਦਾ, ਤਾਂ 122 ਫੁੱਟ ਤਾਂ ਇਹ ਚੀਜ਼ ਦੀ ਸੇਫਟੀ ਬਹੁਤ ਜ਼ਿਆਦਾ ਹੈ, ਕੁਛ ਵੀ ਨਹੀਂ ਲੱਗਦਾ। ਸਾਰਾ ਇਹ ਮੇਰੇ ਖਿਆਲ ਦੇ ਵਿੱਚ 8,000 ਦਾ ਜਾਲ ਬਣ ਗਿਆ ਵਿੱਚ ਹੀ, ਜਿਹੜੀਆਂ ਆਪਾਂ ਨੂੰ ਤਾਰਾਂ ਕੱਚੀਆਂ ਤਾਰਾਂ ਦਿੰਦੇ ਨੇ ਵੀ ਜਿਹਦੇ ਨਾਲ ਆਪਾਂ ਹੈ ਨਾ ਇਹਦੇ ਬੰਦ ਜੇ ਲਾ ਦਿੰਦੇ ਹਾਂ ਵੀ ਇਹਦਾ ਮੇਲਦਾ ਨਹੀਂ ਇਹਨੂੰ, ਜਿਹਦੇ ਨਾਲ ਤਾਰ ਹਲਦੀ ਨਹੀਂ। ਇਹ ਆਪਾਂ ਨੂੰ ਅਸੀਂ 2 ਉਹ ਲਿਆਂਦੇ ਸੀ ਗੁੱਟ ਜੇ ਤਾਰ ਦੇ, ਕੱਚੀ ਤਾਰ ਦੇ ਵੀ ਜਿਹਦੇ ਨਾਲ ਲਪੇਟੇ ਮਾਰ ਕੇ ਇਹ ਕਸੀ ਜਾਂਦੀ, ਆਹ ਦੇਖੋ ਕੱਚੀ ਤਾਰ ਦੇ ਲਪੇਟੇ ਮਾਰੇ ਹੋਇਆ, ਤਾਂ ਇਹ ਕੋਈ ਬਾਹਲਾ ਵੱਡੀ ਗੱਲ ਨਹੀਂ ਹੈਗੀ, 8,000 ਦੀ ਸਾਰੀ ਗੱਲ ਹੈ। ਇਹ ਆਪਾਂ ਨੂੰ ਕਾਫੀ ਲੰਬਾ ਸਮਾਂ ਵੀ ਕੰਮ ਦੇ ਸਕਦੀ ਜੇ ਆਪਾਂ ਇਹਨੂੰ ਸੰਭਾਲ ਕੇ ਰੱਖਾਂਗੇ, ਜਿਵੇਂ ਲੱਗਿਆ ਹੋਇਆ ਅਸੀਂ ਲਾ ਵੀ ਸਕਦੇ ਹਾਂ, ਜੇ 4 ਪਾਉਣਾ ਹੋਵੇ ਤਾਂ ਮੂਹਰਲਾ ਇਕੱਲਾ ਗੇਟ ਖੋਲ੍ਹ ਦਾਂਗੇ, ਜੇ ਆਪਾਂ ਨੂੰ ਸਾਰਾ ਵੀ ਲਾਉਣ ਦੀ ਲੋੜ ਪਈ ਤਾਂ ਆਪਾਂ ਸਾਰਾ ਵੀ ਇਹਨੂੰ ਘੁਮਾ ਕੇ ਇਕੱਠਾ ਕਰ ਸਕਦੇ ਹਾਂ, ਯਾਨੀ ਕਿ 4-5-7 ਸਾਲ ਤਾਂ ਕਿਧਰੇ ਜਾਂਦੇ ਹੀ ਹੈ ਨਹੀਂ, ਕਿਉਂਕਿ ਇਹਨੂੰ ਜਰ ਵੀ ਘੱਟ ਪੈਂਦੀ ਹੈ। ਅਤੇ ਇੱਧਰਲੀ ਸਾਈਡ ਤੁਸੀਂ ਦੇਖ ਸਕਦੇ ਆਪਣੀ ਮੱਕੀ ਖੜ੍ਹੀ ਹੈ, ਸਾਰੀ ਮੱਕੀ ਸੁੱਕ ਗਈ ਜਦੋਂ ਮੀਂਹ ਪਿਆ, ਜ਼ਿਆਦਾ ਪਾਣੀ ਖੜ੍ਹ ਗਿਆ 4-5 ਦਿਨ, ਸਾਰੀ ਮੱਕੀ ਸੁੱਕ ਗਈ। ਪਰਲੀ ਸਾਈਡ ਤੋਂ ਤੁਹਾਨੂੰ ਹਰੀ ਮੱਕੀ ਦੀ ਹੋਊ, ਉਰਲੀ ਸਾਈਡ ਤੋਂ ਸਾਰੀ ਸੁੱਕੀ ਪਈ ਹੈ, ਦੇਖਦੇ ਹਾਂ ਹੁਣ ਥੋੜ੍ਹੇ ਕੁ ਦਿਨ ਹੀ ਚਾਰਾਂਗੇ ਇਹਨੂੰ, ਜੇ ਜ਼ਿਆਦਾ ਸੁੱਕ ਗਈ ਤਾਂ
ਇਹਨੂੰ ਵੱਢ ਕੇ ਚਾਰ ਤੇ ਸੁੱਟ ਦਾਂਗੇ। ਜਿਨ੍ਹਾਂ ਦੇ ਮੱਕੀ ਦਾ ਚਾਰ ਪਾਇਆ ਹੋਇਆ ਉਹ ਸੇਫਟੀ ਖਾਤਰ ਤਾਰ ਵੀ ਲਾਉਂਦੇ ਨੇ, ਕਈ ਤਾਰ ਦੀ ਓਨੀ ਸੇਫਟੀ ਨਹੀਂ ਹੁੰਦੀ ਕਿਉਂਕਿ ਤਾਰਾਂ ਸਿੱਧੀਆਂ ਹੁੰਦੀਆਂ ਨੇ, ਉਹਦੇ ਵਿਚਾਲ ਦੀ ਥਾਂ ਹੁੰਦਾ, ਸਪੇਸ ਹੁੰਦੀ ਹੈ, ਤਾਂ ਇਹਦੇ ਵਿੱਚ ਦੀ ਕੋਈ ਸਪੇਸ ਨਹੀਂ ਕਿਉਂਕਿ ਇਹਦੇ ਵਿੱਚ ਦੀ ਕੁਛ ਨਹੀਂ ਲੰਘ ਸਕਦਾ। ਤਾਂ ਇਹ ਚੀਜ਼ ਆਪਾਂ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਆਪਾਂ ਚਾਰ 'ਤੇ ਇੰਨਾ ਖਰਚਾ ਕਰਦੇ ਹਾਂ ਮੱਕੀ 'ਤੇ ਕਰਦੇ ਹਾਂ ਤਾਂ ਆਪਾਂ ਨੂੰ ਹੈ ਨਾ ਜਾਲ ਦੀ ਕੋਈ ਵਾਲੀ ਵੱਡੀ ਗੱਲ ਨਹੀਂ। ਤਾਂ ਹੁਣ ਆਪਾਂ ਟੈਨਸ਼ਨ ਫਰੀ ਹਾਂ, ਕੋਈ ਗਾਈ ਕੋਈ ਟੱਠਾ ਕੁਛ ਵੀ ਹੋਵੇ, ਜਾਂ ਜ਼ਿਆਦਾਤਰ ਤਾਂ ਸੂਰ ਹੀ ਖਰਾਬ ਕਰਦੇ ਨੇ, ਹੋਰ ਜਾਨਵਰ ਤਾਂ ਇੱਥੇ ਆਉਂਦੀ ਹੈ ਨਹੀਂ, ਪਰ ਸੂਰਾਂ ਤੋਂ ਸਭ ਨੂੰ ਵੱਡੀ ਸੇਫਟੀ ਇਹ ਵੀ ਉਹ ਇਹਦੇ ਵਿੱਚ ਐਂਟਰੀ ਨਹੀਂ ਹੋ ਸਕਦੇ, ਕਿਸੇ ਪ੍ਰਕਾਰ ਕਿਸੇ ਵੀ ਹਿਸਾਬ ਨਾਲ ਐਂਟਰ ਨਹੀਂ ਹੋ ਸਕਦੇ। ਤਾਂ ਚਾਰ ਆਪਣਾ ਸੁਰੱਖਿਅਤ ਹੈ, ਤਾਂ ਚਾਰ ਦੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸੇਫਟੀ ਹੈ। ਬਾਕੀ ਆਹ ਮਗਰ ਬਾਹਣ ਆਪਣਾ ਵਾਹੁਣ ਵਾਲਾ, ਆਹ ਸਾਰੀ ਜਦੋਂ ਵੱਢੀ ਗਈ ਦੇਖਦੇ ਹਾਂ ਜੇ ਬੱਤ ਆ ਗਿਆ ਉੱਥੇ ਤੱਕ ਜਿੱਥੇ ਤੱਕ ਵੱਢੀ ਹੋਈ ਹੈ, ਉਦੋਂ ਬਾਅਦ ਚਾਰ ਪਾ ਦਾਂਗੇ, ਉਹ ਚਾਰ ਨਹੀਂ ਉਦੋਂ ਬਾਅਦ ਮਗਰ ਬਾਜਰਾ ਚਰੀ ਜਾਂ ਮੱਕੀ ਕੁਛ ਵੀ ਬੀਜ ਦਾਂਗੇ। ਤਾਂ ਹੁਣ ਰੇਹੜੀਆਂ ਕੁਛ ਤਾਂ ਲਾਈਆਂ ਹੋਈਆਂ ਨੇ, ਕੁਛ ਜਿਹੜਾ ਆਪੇ ਆਪ ਹੀ ਜੀ ਕੋਲ, ਇਹ ਸਾਰੇ ਚੱਕ ਕੇ ਵਿੱਚ ਮਾਰਾਂਗੇ। ਕਿਹੜੀ ਛੱਬੀ ਦੀ? ਕਿਹਨੂੰ? ਅੱਛਾ ਉਹ ਜਿਹੜੇ ਪੌਦੇ ਦੀ ਆਹ ਕਿਹਦਾ? ਲੈ ਵੀ ਸਿਸਟਮ ਤੁਹਾਨੂੰ ਦਿਖਾਉਣਾ, ਇੱਕ ਕੋਠੇ ਦੇ ਉੱਤੇ ਜਿਹੜਾ ਮੋਟਰ ਦੇ ਵਿੱਚ ਹੈ ਨਾ, ਜਦੋਂ ਮੋਟਰ ਚੱਲਦੀ ਹੈ ਤਾਂ ਪਾਣੀ ਪੀਣ ਦਾ ਜਗਾੜ ਦੇਖੋ, ਕਹਿੰਦਾ ਘੈਂਟ ਲਾਇਆ ਇੱਥੇ ਗੇਟ ਫੜ ਲਾ, ਤਾਂ ਸਿਸਟਮ ਪੂਰਾ ਘੈਂਟ ਲਾਇਆ ਹੋਇਆ, ਜਿਵੇਂ ਮੋਟਰ ਚੱਲਦੀ ਆ ਤਾਂ ਆਪਾਂ ਪਾਣੀ ਪੀ ਸਕਦੇ ਹਾਂ, ਕੋਈ ਵੀ ਪੀ ਸਕਦਾ, ਜਿੰਨਾ ਚੱਕਰ ਮੋਟਰ ਚੱਲਦੀ ਉਹਨਾਂ ਚੱਕਰ ਪਾਣੀ ਪੀ ਸਕਦੇ, ਨਲਕੇ ਵਾਲਾ ਕੰਮ ਆ, ਗੇਟ ਵਾਲਾ ਪੂਰਾ ਘੈਂਟ ਤਰੀਕੇ ਨਾਲ ਲਾਇਆ ਹੋਇਆ ਨਾ, ਪਹਿਲੀ ਵਾਰ ਚੀਜ਼ ਦੇਖੀ ਆ ਮੈਂ ਇਹ, ਤਾਂ ਕੋਠਾ ਵੀ ਘੈਂਟ ਹੈ। ਪਾਣੀ ਪੀਣ ਦਾ ਜਿਹੜਾ ਜਗਾੜਾ ਉਹ ਘੈਂਟ ਲੱਗਿਆ, ਉਹ ਬਹੁਤ ਠੀਕ ਠਾਕ ਹੈ, ਤੇ ਬਾਕੀ ਖੇਲ ਖੂਲ ਵਾਲੀ ਘੈਂਟ ਹੈ ਇਹ, ਹੁਣ ਦੁਬਾਰੇ ਰੰਗ ਕਰਨਗੇ, ਪਹਿਲਾਂ ਤਾਂ ਕੈਨੇਡਾ ਵਾਲਾ ਕੋਠਾ ਬਣਾਇਆ ਸੀ, ਕੈਨੇਡਾ ਵਾਲਾ ਕੋਠਾ ਸੀਗਾ, ਤੇ ਪਾਣੀ ਦੀਆਂ ਪੌੜੀਆਂ ਬਣਾਈਆਂ ਹੋਈਆਂ ਨੇ, ਪਾਣੀ ਦੀਆਂ ਪੌੜੀਆਂ ਜਿਵੇਂ ਝਰਨਾ ਡਿੱਗਦਾ ਹੁੰਦਾ ਉਵੇਂ ਪੌੜੀਆਂ ਬਣਾਈਆਂ ਹੋਈਆਂ ਨੇ। ਕੈਨੇਡਾ 0 ਕਿਲੋਮੀਟਰ ਹੈ, ਯਾਰ ਸਿਰਾ ਗੱਲਬਾਤ ਹੈ, ਦਰਖਤ ਦੁਖਤ ਲਾ ਕੇ ਪੂਰੀ ਗੱਲਬਾਤ ਐਂਡ ਕੀਤੀ ਪਈ ਹੈ। ਦੇਖੋ ਜਦੋਂ ਪਾਣੀ ਚੱਲਦਾ ਤਾਂ ਇੱਥੋਂ ਦੀ ਡਿੱਗਦਾ ਝਰਨੇ ਵਾਂਗੂ, ਤਾਂ ਵੱਖਰੇ ਵਿਊ ਬਣਦਾ ਹੈ। ਦੇਖੋ ਤਾਂ ਹਜੇ ਮੋਟਰ ਉੱਧਰ ਪਾਈਪਲਾਈਨ 'ਚ ਚੱਲ ਰਹੀ ਹੈ, ਜਦੋਂ ਇੱਥੇ ਚੱਲੂ ਨਾ ਤਾਂ ਚੱਲਦੀ ਵੀ ਘੈਂਟ ਲੱਗੂ, ਤਾਂ ਗੇਟ ਵਾਲਾ ਸਿਸਟਮ ਘੈਂਟ, ਤਾਂ ਦੁਬਾਰੇ ਪਾਣੀ ਪੀਣ ਵੱਗ ਗਿਆ ਤਾਂ। ਦੇਖੋ ਸਿਸਟਮ ਘੈਂਟ ਤਾਂ ਬੜਾ ਵਧੀਆ। ਲਓ ਜੀ ਅੱਜ ਵੱਢ ਰਹੇ ਹਾਂ ਅਸੀਂ ਮੱਕੀ, ਕਿਉਂਕਿ ਰੋਜ਼ ਦੀ ਤਰ੍ਹਾਂ ਜਿਵੇਂ ਸਵੇਰੇ ਸਵੇਰੇ ਆ ਕੇ ਪਹਿਲਾਂ ਕੱਖ ਲਿਜਾਣੇ ਪੈਂਦੇ ਨੇ ਗਾਈਆਂ ਸਾਂਭ ਕੇ, ਤਾਂ ਅੱਜ ਵੀ ਅਸੀਂ ਉੱਦਾਂ ਕਾਕੇ ਹੀ ਲੈਣ ਆ ਗਏ, ਤਾਂ ਮੱਕੀ ਲੈਣ ਆ ਗਏ, ਮੱਕੀ ਸਾਡੀ ਮੀਂਹ ਨੇ ਕਰਤੀ ਖਰਾਬ, ਤਾਂ ਉੱਧਰ ਦੇਖੋਗੇ ਤਾਂ ਮੱਕੀ ਹਰੀ ਖੜੀ ਹੈਗੀ, ਤਾਂ ਇੱਧਰਲੀ ਸਾਈਡ ਸਾਰੀ ਮੱਕੀ ਸੁੱਕੀ ਪਈ ਹੈ, ਇੱਕੋ ਹੀ ਵਾਹਣਾ ਸਾਰਾ ਕੁਛ ਇੱਕੋ ਹੀ ਹੈ, ਇਕੱਠੀ ਬੀਜੀ ਹੋਈ ਹੈ, ਪਰ ਅੱਧੀ ਸਾਈਡ ਜੇ ਤੁਸੀਂ ਦੇਖੋਗੇ ਤਾਂ ਆਹ ਹਾਲ ਹੋਏ ਪਏ ਨੇ, ਇਹਦੇ ਵਿੱਚ ਤੂੜੀ ਵੀ ਨਹੀਂ ਰਲਦੀ, ਤਾਂ ਨਿਰੇ ਪਾਉਣੇ ਪੈਂਦੇ ਨੇ, ਤਾਇਆ ਵੱਢ ਰਿਹਾ, ਸਾਰੀ ਡਿੱਗੀ ਪਈ ਇੱਕ ਪਾਸੇ, ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਹਿਸਾਬ ਨਾਲ ਮੱਕੀ ਦੀ ਕਟਾਈ ਹੋ ਰਹੀ ਹੈ, ਤਾਇਆ ਵੀ ਪੂਰੇ ਜ਼ੋਰਾਂ 'ਤੇ ਚੱਲਦਾ, ਕਹਿੰਦਾ ਆ ਤਾਂ ਕੱਲ੍ਹ ਦਾ ਦਿਨ ਰਹਿ ਗਿਆ ਸਾਡੇ ਕੋਲ, ਤਾਂ ਪਰਸੋਂ ਨੂੰ ਅਸੀਂ ਯਾਤਰਾ ਕਰਨੀ ਆ ਸ਼ੁਰੂ, 10 ਤਰੀਕ ਨੂੰ 10-11 ਵਜੇ ਸਾਡੀ ਯਾਤਰਾ ਸ਼ੁਰੂ ਹੋ ਜਾਣੀ ਆ, ਤਾਂ ਨੈਣਾ ਦੇਵੀ ਨੂੰ ਰਵਾਨਗੀ ਪਾ ਦੇਣੀ ਆ, ਤਾਇਆ ਉੱਥੇ ਆਪਾਂ ਨੂੰ ਵਧੀਆ ਫੀਲ ਹੁੰਦਾ ਹੈ ਨਾ, ਤਾਂ ਜਦੋਂ ਜਾਵਾਂਗੇ ਤਾਂ ਤਾਇਆ ਕਹਿੰਦਾ ਵੀ ਜਦੋਂ ਆਪਾਂ ਸੰਗਰੂਰ ਟੱਪ ਗਏ ਤਾਂ ਆਪਣੀ ਤਾਂ ਯਾਤਰਾ ਸ਼ੁਰੂ ਹੀ ਹੋ ਗਈ, ਸਮਝ ਲੈ ਵੀ ਜਿੱਥੇ ਜੀ ਕਰਦਾ ਉੱਥੇ ਬੈਠ ਸਕਦੇ ਹਾਂ, ਪੈ ਸਕਦੇ ਹਾਂ, ਰਹਿ ਸਕਦੇ ਹਾਂ, ਚਾਹੇ 2 ਦਿਨਾਂ 'ਚ ਜਾਈਏ ਚਾਹੇ 4 ਘੰਟੇ 'ਚ ਜਾਈਏ, ਉਹ ਮੌਕੇ ਦਾ ਵੀ ਕਿਸ ਮੌਕੇ ਦੀ ਸੰਭਾਵਨਾ ਬਣੂਗੀ। ਤਾਂ ਹੁਣ ਇਸ ਟਾਈਮ ਤੋਂ ਸਾਡੀ ਮੱਕੀ ਦੀ ਕਟਾਈ ਚੱਲ ਰਹੀ ਹੈ, ਤੁਸੀਂ ਦੇਖੋ ਵੀ ਕਿਹੜੇ ਹਿਸਾਬ ਨਾਲ ਡਿੱਗੀ ਪਈ ਹੈ, ਬੁਰਾ ਹਾਲ ਹੋਇਆ ਪਿਆ, ਤਾਂ ਗਲੀ ਵੀ ਪਈ ਹੈ ਵਿੱਚੋਂ, ਸੜੀ ਵੀ ਪਈ ਹੈ, ਉਹ ਛੱਡ ਦਿੰਦੇ ਹਾਂ, ਤਾਂ ਵਿੱਚ ਇਹਦੇ ਵਿੱਚੋਂ ਗੰਦੀ ਸਮੈਲ ਵੀ ਆਉਂਦੀ ਹੈ ਜਿਹੜੀ ਆ ਡਿੱਗੀ ਪਈ ਹੈ, ਜਿਵੇਂ ਪੱਤੇ ਖਰਾਬ ਹੋਏ ਪਏ ਨੇ, ਪਾਣੀ ਦੇ ਵਿੱਚ ਗਲੇ ਪਏ ਨੇ,
ਟਾਂਡਿਆਂ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਤਾਂ ਉਹ ਗਲ ਜਾਂਦੀ ਆ, ਤਾਂ ਜਿਹੜੀ ਪਰਲੀ ਸਾਈਡ ਖੜੀ ਆ ਉਹ ਸਾਰੀ ਵਧੀਆ। ਉਹ ਜੇ ਉੱਦਾਂ ਵੀ ਹੋ ਜਾਂਦੀ ਤਾਂ ਵੀ ਵੱਢਣੀ ਸੌਖੀ ਹੋ ਜਾਂਦੀ, ਪਰ ਆ ਸਾਰੀ ਸੁੱਕੀ ਪਈ ਆ। ਇਹ ਵੱਢਣੀ ਸੌਖੀ ਜ਼ਰੂਰ ਆ ਪਰ ਪਾਉਣ ਨੂੰ ਜੀ ਨਹੀਂ ਕਰਦਾ, ਕਿਉਂਕਿ ਅਸੀਂ ਉੱਤੋਂ ਵੱਢ ਲੈਂਦੇ ਹਾਂ। ਜਿਹੜੀ ਵਾਲੀ ਖਰਾਬ ਹੁੰਦੀ ਆ ਤਾਂ ਉਹਨੂੰ ਕੱਢ ਕੇ ਸਾਈਡ 'ਤੇ ਵੀ ਰੱਖਾਂਗੇ, ਜਿਹੜੀ ਆ ਪੱਤੀ ਜਿਹਾ ਜ਼ਿਆਦਾ ਉਹ ਹੋ ਜਾਂਦੀ ਆ। ਆਹ ਦੇਖੋ ਕੀ ਹਾਲ ਹੋਏ ਪਏ ਨੇ ਸਾਡੀ ਮੱਕੀ ਦੇ। ਉੱਧਰ ਰੇਹੜੀ ਖੜ੍ਹੀ ਆਪਣੀ, ਤਾਂ ਉੱਧਰ ਜਾਲ ਲਾਇਆ ਹੋਇਆ ਪਿਆ, ਇੱਧਰ ਮੱਕੀ ਦਾ ਚਾਰ ਵੀ ਪਾਇਆ ਹੋਇਆ। ਦੇਖਦੇ ਹਾਂ ਕਿੰਨੇ ਕੁ ਦਿਨ ਚੱਲੂ। ਵੈਸੇ ਆਪਣਾ ਮਗਰ ਜਿਹੜੀ ਆਹ ਪਹਿਲਾਂ ਰੂੜੀ ਦੇ ਰੇਤ ਦੀਆਂ ਢੇਰੀਆਂ ਲਾਈਆਂ ਪਈਆਂ ਨੇ, ਇਹ ਸਾਰੀ ਖੰਡਿਆ ਕੇ ਵਾਹਣ ਵਾਹਾਂਗੇ ਤਾਂ ਮਗਰ ਵੀ ਬੀਜਣ ਦੀ ਸਲਾਹ। ਪਰ ਬੱਦਲ ਰੋਜ਼ ਆ ਜਾਂਦਾ, ਮੀਂਹ ਪੈਂਦਾ ਨਹੀਂ, ਜੇ ਸੁੱਕ ਪਕਾ ਰਿਹਾ ਤਾਂ ਮਗਰ ਵੀ ਆਪਾਂ ਮੱਕੀ ਚਰੀ ਜਾਂ ਬਾਜਰਾ ਕੁਛ ਵੀ ਹੈ ਨਾ ਜਵਾਰ ਇਹ ਬੀਜ ਸਕਦੇ ਹਾਂ, ਤਾਂ ਮਗਰ ਇੱਥੇ ਤੱਕ ਬੀਜ ਦਾਂਗੇ ਜਿੱਥੇ ਤੱਕ ਆਪਣਾ ਵਾਢਾ ਆ ਗਿਆ। ਇੱਦੋਂ ਅੱਗੇ ਇਹ ਆਪਾਂ ਆਹ 10 ਕੁ ਦਿਨਾਂ 'ਚ ਚਾਰ ਲਾਂਗੇ। ਥੋੜ੍ਹੀ ਆਹ ਜ਼ਰੂਰ ਖਰਾਬ ਹੋਊਗੀ, ਜੇ ਖਰਾਬ ਹੋਈ ਤਾਂ ਵੱਢ ਕੇ ਇਹਨੂੰ ਆਪਾਂ ਚਾਰ 'ਤੇ ਛੱਡ ਦਾਂਗੇ। ਤਾਂ ਜਿਹੜੀ ਹਰੀ ਹਰੀ ਮੱਕੀ ਆ, ਡਿੱਗੀ ਵੀ ਹੋਈ ਆ ਪਰ ਹਰੀ ਹਰੀ ਆ, ਜਿਹਦੇ ਪੱਤੇ ਹਰੇ ਨੇ ਤਾਂ ਉਹ ਆਪਾਂ ਚਾਰ ਲਾਂਗੇ। ਸੋ ਹੁਣ ਆਪਾਂ ਇਦੋਂ ਬਾਅਦ ਚੱਲਦੇ ਹਾਂ ਕੱਖ ਲੈ ਕੇ ਘਰੇ, ਫਿਰ ਇਦੋਂ ਬਾਅਦ ਪਾਉਣੀ ਆ ਤਾਏ ਨੇ ਪਦਾਨ, ਜਿੰਨੇ ਕੁ ਬਾਹਣ 'ਚ ਪੈਗੀ 2 ਦਿਨਾਂ 'ਚ ਪੈਗੀ, ਬਾਕੀ ਪਾਵਾਂਗੇ ਨੈਣਾਂ ਦੇ ਵੀ ਤੋਂ ਆ ਕੇ ਹੈ ਨਾ ਤਾਇਆ। ਹੁਣ ਕਿੰਨੇ ਕਿੱਲਿਆਂ 'ਚ ਪਾਏਗਾ? ਪਾ ਦਾਂਗੇ ਜਿੰਨਾ ਕੁ ਬਾਹਣ ਭਰਿਆ ਹੋਇਆ 5-6 ਕਿੱਲੇ ਦੇ। ਠੀਕ ਹੈ, ਕੱਲ੍ਹ ਨੂੰ ਵੀ 5-6 ਕਿੱਲਿਆਂ 'ਚ ਪੈਜੂ? ਹਾਂ ਲਵੀ ਲਾ ਦਾਂਗੇ, ਲਵੀ ਲਾ ਦਾਂਗੇ, ਯਾਨੀ ਕਿ 10-12 ਕਿੱਲਿਆਂ 'ਚ ਪੈਜੂ, ਬਾਕੀ ਆਪਾਂ ਆ ਕੇ ਪਾਵਾਂਗੇ। ਠੀਕ ਹੈ, ਉਹ ਮੱਖ ਲੜ ਗਿਆ ਸੀ ਬਈ ਤਾਏ ਦੇ, ਆਹ ਪਿਆ ਮੱਖ ਦਿਖਾਉਣਾ ਤੁਹਾਨੂੰ, ਉੱਥੇ ਰੈਗੜ ਤੋਂ। ਤਾਂ ਇਹ 'ਚ ਮੱਛਰ ਮੱਖ ਜ਼ਿਆਦਾ ਹੁੰਦਾ ਜਦੋਂ ਪਹਿਲਾਂ ਪਾਣੀ ਖੜ੍ਹਾ ਤੀ ਇਹਦੇ ਵਿੱਚ, ਉਦੋਂ ਤਾਂ ਡੀਜ਼ਲ ਤੇਲ ਜਾਂ ਆਟੋਮੋਸ ਲਾ ਕੇ ਵੱਢਣੇ ਪੈਂਦੇ ਸੀ, ਕਿਉਂਕਿ ਮੱਛਰ ਇੰਨਾ ਕੁ ਕੱਟਦਾ ਸੀ ਕਿ ਲੱਤਾਂ 'ਤੇ ਫੁਣਸੀਆਂ ਕਰ ਦਿੰਦਾ ਸੀ। ਨਜਾਇਜ਼ ਮੱਖ ਜਿਵੇਂ ਮਖਿਆਲਾ ਕੇ ਡਿੱਗਦਾ ਤਾਂ ਮੱਛਰ ਐਂ ਡਿੱਗਦਾ ਸੀ। ਕੱਖ ਲੱਦ ਲਏ ਵੀ ਰੇਹੜੀ ਦੇ, ਆਪਾਂ ਇੱਕ ਭਰੀ ਰਹਿ ਗਈ, ਥੱਬਾ ਜਿਹਾ ਰਹਿ ਗਿਆ, ਉਹ ਤਾਇਆ ਵੱਢੀਆਂ ਦਾ ਚੱਕ ਕੇ ਲਿਆਊਗਾ। ਅਥਨ ਦੇ ਕੱਖ ਪਏ ਨੇ, ਤੜਕੇ ਤੜਕੇ ਜੋਗੇ ਆਪਣੇ ਕੋਲ ਹੋ ਗਏ, ਹੁਣ ਰੇਹੜੀ ਆਪਣੇ ਕੋਲ ਹੋ ਗਈ ਪੂਰੀ ਕੰਪਲੀਟ। ਸੋ ਹੁਣ ਚੱਲਦੇ ਆਪਾਂ ਘਰ। ਜੀ ਦੋਸਤੋ, ਵੀਡੀਓ ਵਧੀਆ ਲੱਗੀ ਲਾਈਕ ਕਰਦੇ, ਸ਼ੇਅਰ ਕਰਦੇ, ਜੇ ਨਵੇਂ ਚੈਨਲ ਦਾ ਸਬਸਕ੍ਰਾਈਬ ਕਰਦੇ। ਸੋ ਓਕੇ ਗਾਇਜ਼, ਬਾਏ ਬਾਏ।